ਪਰਚੇ ਕਾਹਦੇ ਕਾਹਦੇ ਦੇ ਤੁਹਾਡੇ ਤੇ ਮੇਰੇ ਤਾਂ ਘਰੇ ਬੈਠੇ ਤੀ ਹੋ ਜਾਂਦੇ ਸੀਗੇ ਉਹੀ ਉਦਾਂ ਹੀ ਜੇ ਕੋਈ ਕਿਸੇ ਨੇ ਕੋਈ ਉਹੀ ਕੰਪਲੇਂਟ ਵੀ ਕਹਿਤੀ ਵੀ ਹਾਂ ਸਿੱਧੂ ਘਰੇ ਬੈਠਾ ਕੀ ਕਹਿੰਦੇ ਹੁੰਦੇ ਹੈਗੇ ਕਿ ਵੀ ਆਹ ਖਾ ਰਿਹਾ ਪੀ ਰਿਹਾ ਕਰ ਦਿਓ ਪਰਚਾ ਉਹ ਆਈਪੀਸੀ ਆ ਗਈ ਕਿ ਖਾਣ ਪੀਣ ਦੇ ਵੀ ਪਰਚੇ ਹੋ ਗਏ ਬਸ ਉਹੀ ਹੋਇਆ ਇੱਕ ਵਾਰੀ ਕੀ ਹੋਇਆ ਬੜੀ ਹਾਸੋਹੀਣੀ ਗੱਲ ਹੈ ਮੇਰੇ ਕੋਲ ਕੋਈ ਮੇਰਾ ਦੋਸਤ ਮਿੱਤਰ ਮੇਰੇ ਕੋਲ ਆ ਗਿਆ ਅਸੀਂ ਘਰੇ ਬੈਠੇ ਹਾਂ ਤੇ ਮੇਰੇ ਨਾਲ ਲਾਤੇ 7 ਵਜੇ ਮੰਮਾ ਵੀ ਮੇਰੇ ਨਾਲ ਨੇ ਉਹੀ ਮੇਰਾ ਦੋਸਤ ਮਿੱਤਰ ਸੀ ਉਹ ਗਾਣਾ ਗਾ ਰਿਹਾ ਗੁਣਗੁਣਾ ਰਿਹਾ ਮੈਂ ਵੀ ਉਹਨਾਂ ਨਾਲ ਗੁਣਗੁਣਾ ਰਿਹਾ ਤੇ ਉਹਨਾਂ ਨੇ ਸਨੈਪਚੈਟ ਤੇ ਵੀਡੀਓ ਪਾਤੀ ਸਿਰਫ ਗਾਉਣਿਆਂ ਦੀ ਖਾਈ ਪੀਣ ਦੀ ਤੂੰ ਹੀ ਪਾਈ ਹੋਈ ਸੱਤ ਸਿੱਖਿਆਂ ਦੇ ਉਹ ਤੀਜੇ ਦਿਨ ਕਿਸੇ ਨੇ ਕੰਪਲੇਂਟ ਕਰਤੀ ਕਹਿੰਦੇ ਇਹਨਾਂ ਨੇ ਇਹੋ ਜਿਹਾ ਗਾਣਾ ਗਾਇਆ ਜਿਹਦੇ ਨਾਲ ਵੀ ਲੋਕਾਂ ਦੀਆਂ ਜਿਹੜੇ ਹੁੰਦੇ ਨੇ ਵੀ ਜਜ਼ਬਾਤ ਬਲੂੰਦਰੇ ਗਏ ਉਹ ਭੜਕ ਗਏ ਤੇ ਉਹ ਅਸਲ ਦੇ ਵਿੱਚ ਉਹ ਵੀਡੀਓ ਜਿਹੜੀ ਪਾਈ ਸੀ ਉੱਥੋਂ ਅਖਬਾਰ ਨੇ ਚੱਕ ਲਈ ਉਹਨਾਂ ਨੇ ਖਬਰ ਲਾਤੀ ਵੀ ਫਲਾਨਾ ਤੇ ਫਲਾਨਾ ਕਲਾਕਾਰ ਸਿੱਧੂ ਤੇ ਇੱਕ ਹੋਰ ਕਲਾਕਾਰ ਇੰਜੋਏ ਕਰਦੇ ਪਏ ਮਾਤਾ ਪਿਤਾ ਨਾਲ ਹਨਾ ਗੁਣਗੁਣਾਉਂਦੇ ਹੋਏ 2 17 ਛੋਟੇ ਜਿਹੇ ਉਹਦੇ ਤੇ ਕੰਪਲੇਂਟ ਪਾਤੀ ਕੰਪਲੇਂਟ ਦੇ ਮੇਰੇ ਤੇ ਪਰਚਾ ਦਿੱਤਾ ਆਫਟਰ ਡੈਟ ਉਹ ਜਿਹੜਾ ਗਾਣਾ ਸੀ ਉਹ ਮੇਰਾ ਗਾਣਾ ਨਹੀਂ ਸੀਗਾ ਉਹ ਕਿਸੇ ਹੋਰ ਆਰਟਿਸਟ ਦਾ ਗਾਣਾ ਸੀ ਹਜੇ ਆਉਣਾ ਸੀ ਰਿਲੀਜ਼ ਹੋਣਾ ਸੀ ਅਨਰਿਲੀਜ਼ਡ ਗਾਣਾ ਸੀ ਮੇਰੇ 'ਤੇ ਤਾਂ ਚਲੋ ਪਰਚਾ ਹੋ ਗਿਆ ਮੈਂ ਸਮਝ ਗਿਆ ਗੱਲ ਮੇਰੇ 'ਤੇ ਪਰਚਾ ਹੋ ਗਿਆ ਮੈਂ ਜ਼ਮਾਨਤ ਕਰਵਾ ਲਈ ਅਤੇ ਉਹ ਤੋਂ ਬਾਅਦ 3 ਕੁ ਮਹੀਨੇ ਬਾਅਦ ਉਹੀ ਗਾਣਾ ਟੀਵੀ 'ਤੇ ਚੱਲਿਆ ਰਿਲੀਜ਼ ਹੋਇਆ ਪੈਸੇ ਕਮਾਏ ਗਏ ਉਹੀ ਕਾਰਵਾਈ ਸੋ ਮੈਂ ਹਾਸੋਹੀਣੀ ਜੀ ਮੈਨੂੰ ਗੱਲ ਲੱਗੀ ਮੈਂ ਕਿਹਾ ਜੀ ਜੇ ਘਰੇ ਬਹਿ ਕੇ ਗੁਣਗੁਣਾਉਣ 'ਤੇ ਵੀ ਪਰਚੇ ਹੋਣ ਲੱਗ ਗਏ ਵੀ ਫਿਰ ਇਹ ਕਿੱਦਾਂ ਹੋਊਗਾ